ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵੰਤ ਸਿੰਘ ਸਪੁੱਤਰ ਸਰਦਾਰ ਕ੍ਰਿਸ਼ਨ ਸਿੰਘ ਪਿੰਡ ਲੰਗੜੋਆ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਬਿਲੋਂਗ ਕਰਦਾ ਹੈ ਸਾਡੇ ਪਿੰਡ ਦੀ ਇੱਕ ਬਹੁਤ ਹੀ ਸੁਭਾਗ ਭਰੀ ਗੱਲ ਹੈ ਕਿ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਬੋਹੜਾਂ ਵਾਲਾ ਇੱਕ ਅਸਥਾਨ ਹੈ ਜਿੱਥੇ ਸਰਦਾਰ ਗੁਰਮੁਖ ਸਿੰਘ ਜੀ ਸੈਕਟਰੀ ਦੇ ਰੂਪ ਵਿੱਚ ਕਾਫੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਜਿਨ੍ਹਾਂ ਨੇ ਵੀ ਇਹ ਫਿਲਮ ਉਹਨਾਂ ਨੂੰ ਸਮਰਪਿਤ ਕਰਨੀ ਹੈ ਉਹਨਾਂ ਦਾ ਫੋਨ ਆਇਆ ਤੇ ਉਹ ਕਹਿਣ ਲੱਗੇ ਕਿ ਉਹਨਾਂ ਬਾਰੇ ਦੋ ਕੁ ਸ਼ਬਦ ਕਹਿਣੇ ਹਨ ਤੇ ਦਾਸ ਨੇ ਬਹੁਤ ਆਪਣੀ ਖੁਸ਼ਕਿਸਮਤੀ ਸਮਝੀ ਉਸ ਇਨਸਾਨ ਬਾਰੇ ਜਿਤਨੇ ਵੀ ਸ਼ਬਦ ਤਾਰੀਫ ਭਰੇ ਕੀਤੇ ਜਾਣ ਉਹ ਘੱਟ ਹਨ ਕਿਉਂਕਿ ਅਜਿਹੀ ਮਹਾਨ ਸ਼ਖਸੀਅਤ ਰੋਜ਼ ਨਹੀਂ ਜੰਮਦੀ ਰੋਜ਼ ਨਹੀਂ ਜਨਮ ਲੈਂਦੀ ਇਹ ਉਹ ਮਹਾਨ ਸ਼ਖਸੀਅਤ ਹੈ ਜਿਸ ਨੇ ਜਦ ਤੋਂ ਇਹ ਅਹੁਦਾ ਸੰਭਾਲਿਆ ਉਦੋਂ ਤੋਂ ਲੈ ਕਰਕੇ ਹੁਣ ਤੱਕ ਗੁਰੂ ਸਾਹਿਬ ਜੀ ਦੀ ਵੀ ਇਤਨੀ ਅਸੀਮ ਕਿਰਪਾ ਹੈ ਬਿਨਾਂ ਕਿਸੇ ਵਿਤਕਰੇ ਤੋਂ ਬਿਨਾਂ ਕਿਸੇ ਹੋਰ ਕਾਰਨ ਅਸਹਿ ਅਤੇ ਅਕਹਿ ਸੇਵਾ ਹੁਣ ਵੀ ਕਰਦੇ ਆ ਰਹੇ ਹਨ ਅਤੇ ਕਰਦੇ ਰਹਿਣਗੇ ਇਹ ਸਾਡੇ ਮਨ ਦੀ ਆਪਣੀ ਇੱਕ ਭਾਵਨਾ ਹੈ ਕਿਉਂਕਿ ਅਕਸਰ ਅਸੀਂ ਸਮਾਜ ਵਿੱਚ ਦੇਖਦੇ ਹਾਂ ਕਿ ਜੇਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਤੁਰਿਆ ਜਾਵੇ ਤਾਂ ਅਨੇਕਾਂ ਹੀ ਝਗੜੇ ਹੁੰਦੇ ਹਨ ਪਰ ਸਰਦਾਰ ਗੁਰਮੁਖ ਸਿੰਘ ਜੀ ਦਾ ਜੀਵਨ ਇੱਥੇ ਬਹੁਤ ਹੀ ਵਿਲੱਖਣਤਾ ਭਰਿਆ ਹੈ ਬੇਸ਼ੱਕ ਆਪ ਉਹ ਸਰਕਾਰੀ ਮੁਲਾਜ਼ਮ ਹੁੰਦੇ ਰੁਝੇਵਿਆਂ ਦੇ ਵਿੱਚੋਂ ਵੀ ਆਪਣਾ ਕੀਮਤੀ ਸਮਾਂ ਸਾਨੂੰ ਦਿੰਦੇ ਹਨ ਸਮਾਂ ਦੇਣ ਦੇ ਨਾਲ ਨਾਲ ਕੇਵਲ ਉਹ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਡਿਊਟੀ ਹੈ ਜਾਂ ਜਿਹੜਾ ਆਪਣਾ ਉਹਨਾਂ ਦਾ ਕੰਮ ਹੈ ਉਸ ਤੋਂ ਇਲਾਵਾ ਪੂਰੇ ਪਿੰਡ ਦੇ ਵਿੱਚ ਸਮਾਜ ਦੇ ਲਈ ਅਨੇਕਾਂ ਪ੍ਰਕਾਰ ਦੇ ਕੰਮ ਕਰਦੇ ਹਨ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਂ ਬਾਪ ਇਸ ਕਰਕੇ ਪਰੇਸ਼ਾਨ ਹੈ ਕਿ ਜਿਹੜੇ ਉਹਨਾਂ ਦੇ ਬੱਚੇ ਹਨ ਉਹ ਕਿਤੇ ਕੁਰਾਹੇ ਨਾ ਪੈ ਜਾਣ ਕਿਉਂਕਿ ਆਪ ਜੀ ਵੀ ਭਲੀ ਭਾਂਤ ਜਾਣਦੇ ਹੋ ਨਸ਼ਿਆਂ ਨੂੰ ਲੈ ਕਰਕੇ ਕੇਸਾਂ ਦੇ ਪਤਿਤ ਬਣੇ ਨੂੰ ਲੈ ਕਰਕੇ ਮਾਂ ਬਾਪ ਕਿਤਨੇ ਦੁਖੀ ਹਨ ਅਤੇ ਜੇਕਰ ਕੋਈ ਉਹਨਾਂ ਨੂੰ ਇੱਕ ਚੰਗੀ ਸੇਧ ਦੇ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜਦਾ ਹੈ ਤਾਂ ਉਹ ਕਿਤਨਾ ਖੁਸ਼ਕਿਸਮਤ ਇਨਸਾਨ ਹੈ ਪਰਮਾਤਮਾ ਉਸਦੀ ਜਿਹੜੀ ਝੋਲੀ ਹੈ ਖੁਸ਼ੀਆਂ ਨਾਲ ਭਰ ਦਿੰਦਾ ਹੈ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਆ ਕੇ ਜਦੋਂ ਮੈਨੂੰ ਦੱਸਿਆ ਕਿ ਅਸੀਂ ਸਰਦਾਰ ਗੁਰਮੁਖ ਸਿੰਘ ਜੀ ਸਾਡੇ ਜੋ ਗੁਰਦੁਆਰਾ ਬੋਹੜਾਂਵਾਲਾ ਸਾਹਿਬ ਦੇ ਸੈਕਟਰੀ ਹਨ ਉਹਨਾਂ ਬਾਰੇ ਡਾਕੂਮੈਂਟਰੀ ਕਲਿੱਪ ਤਿਆਰ ਕੀਤੀ ਜਾ ਰਹੀ ਹੈ ਤਾਂ ਮੈਨੂੰ ਇਸ ਗੱਲ ਦੀ ਬਹੁਤ ਹੀ ਬੇਹੱਦ ਖੁਸ਼ੀ ਹੋਈ ਅਤੇ ਜੇਕਰ ਸਰਦਾਰ ਗੁਰਮੁਖ ਸਿੰਘ ਉਹਨਾਂ ਜੀ ਦੀ ਜੋ ਬਹੁਪੱਖੀ ਸ਼ਖਸੀਅਤ ਹਨ ਉਹਨਾਂ ਦੀ ਸ਼ਖਸੀਅਤ ਬਾਰੇ ਜੇ ਆਪਾਂ ਚਾਨਣਾ ਪੈਣਾ ਹੋਵੇ ਤਾਂ ਉਹਨਾਂ ਦੀ ਜੋ ਕੰਮ ਹਨ ਉਹ ਕੰਮਾਂ ਦੀ ਲਿਸਟ ਤਾਂ ਬਹੁਤ ਲੰਬੀ ਹੈ ਪਰ ਫਿਰ ਵੀ ਜੋ ਸਮਾਜ ਭਲਾਈ ਦੇ ਕੰਮ ਬੱਚਿਆਂ ਦੇ ਬਚਪਨ ਨੂੰ ਸੰਭਾਲਣ ਦੇ ਕੰਮ ਬੱਚਿਆਂ ਦੀ ਜਵਾਨੀ ਨੂੰ ਸੰਭਾਲਣ ਦੇ ਕੰਮ ਪਿੰਡ ਦੇ ਬਜ਼ੁਰਗਾਂ ਦਾ ਜਿਹੜਾ ਬੁਢਾਪਾ ਉਹ ਖੁਸ਼ਗਵਾਰ ਕਰਨ ਦੇ ਲਈ ਜੋ ਉਹਨਾਂ ਨੇ ਕਾਰਜ ਆਰੰਭੇ ਆ ਉਹਨਾਂ ਦੀ ਰੀਸ ਤਾਂ ਕੋਈ ਨਹੀਂ ਕੀਤੀ ਜਾ ਸਕਦੀ ਸੋ ਜਿੱਥੋਂ ਤੱਕ ਮੈਂ ਇਹ ਸਮਝਦਾ ਹਾਂ ਕਿ ਜਦੋਂ ਤੋਂ ਗੁਰਦੁਆਰਾ ਸਾਹਿਬ ਦੇ ਸੈਕਟਰੀ ਬਣੇ ਹਨ ਜੋ ਸਟੈਪ ਬਾਈ ਸਟੈਪ ਉਹਨਾਂ ਨੇ ਜੋ ਕਾਰਜ ਸਿਰੇ ਚੜਾਏ ਹਨ ਉਹਨਾਂ ਕਾਰਜਾਂ ਦੀ ਲਿਸਟ ਵੀ ਬਹੁਤ ਲੰਬੀ ਹੈ ਪਰ ਪ੍ਰਮੁੱਖ ਰੂਪ ਦੇ ਵਿੱਚ ਜੇ ਕਿਹਾ ਜਾਵੇ ਜੋ ਪਿੰਡ ਦਾ ਇੱਥੇ ਛੱਪੜ ਸੀ ਉਹ ਛੱਪੜ ਨੂੰ ਪੂਰਨਾ ਅਤੇ ਪਿੰਡ ਦੀ ਹੋਰ ਦਿੱਖ ਸਵਾਰਨੀ 100 ਸਾਲਾਂ ਮਨਾਉਣਾ ਪਾਰਕ ਦੀ ਸਥਾਪਨਾ ਕਰਨੀ ਗੁਰਦੁਆਰਾ ਸਾਹਿਬ ਦੀ ਦਿੱਖ ਬਦਲਣੀ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਨੂੰ ਪ੍ਰੇਰ ਕੇ ਜੋ ਲੋਕਾਂ ਦਾ ਸੰਗਤਾਂ ਦਾ ਦਸਵੰਧ ਹੈ ਉਸ ਨੂੰ ਸਹੀ ਅਰਥਾਂ ਦੇ ਵਿੱਚ ਧਰਮ ਦੇ ਕੌਮ ਦੇ ਲਈ ਉਸਦਾ ਵਰਤੋਂ ਕਰਨੀ ਇਹ ਸਰਦਾਰ ਗੁਰਮੁਖ ਸਿੰਘ ਜੀ ਵਰਗੀ ਸ਼ਖਸੀਅਤ ਹੀ ਕਰ ਸਕਦੀ ਹੈ ਸੋ ਜਿੱਥੋਂ ਤੱਕ ਉਹਨਾਂ ਦੇ ਕੰਮ ਦਾ ਸਵਾਲ ਹੈ ਇੱਕ ਸਰਕਾਰੀ ਨੌਕਰੀ ਦੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ
ਇਸ ਦਾ ਸਾਰਾ ਸਿਹਰਾ ਉਹਨਾਂ ਦੇ ਸਵਰਗਵਾਸੀ ਮਾਤਾ ਸ਼੍ਰੀਮਤੀ ਹਰਭਜਨ ਕੌਰ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਗੁਰਦੀਪ ਕੌਰ ਜੀ ਨੂੰ ਵੀ ਜਾਂਦਾ ਹੈ। ਉਹਨਾਂ ਦੇ ਮਾਤਾ ਪਿਤਾ ਨੇ ਵੀ ਜੋ ਉਹਨਾਂ ਨੂੰ ਬਚਪਨ ਦੇ ਵਿੱਚ ਗੁੜਤੀ ਦਿੱਤੀ ਅਤੇ ਨਾਂ ਵੀ ਉਹਨਾਂ ਦਾ ਗੁਰਮੁਖ ਸਿੰਘ ਰੱਖਿਆ, ਜੋ ਕਿ ਗੁਰਮਤ ਨੂੰ ਹੀ ਉਹਨਾਂ ਨੇ ਆਪਣਾ ਜੀਵਨ ਲਿਖੇ ਲਾਇਆ, ਸੰਗਤਾਂ ਨੂੰ ਵੀ ਗੁਰਮਤ ਦੇ ਨਾਲ ਗੁਰਮਤ ਦੀ ਜਿਹੜਾ ਸਿਧਾਂਤ ਹੈ ਉਸਨੂੰ ਦ੍ਰਿੜ ਕਰਵਾਇਆ ਅਤੇ ਸੰਗਤਾਂ ਨੂੰ ਕਰਵਾਉਂਦੇ ਆ। ਜਿੱਥੋਂ ਤੱਕ ਉਹਨਾਂ ਦਾ ਸਿੱਖੀ ਸਿਧਾਂਤਾਂ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਸਵਾਲ ਹੈ, ਉਹ ਉਹਨਾਂ ਨੇ ਚਾਹੇ ਉਹ ਧਾਰਮਿਕ ਪ੍ਰੀਖਿਆ ਦੇ ਮੁਕਾਬਲੇ ਕਰਾਉਂਦੇ ਹੋਣ, ਚਾਹੇ ਉਹ ਗੱਤਕਾ ਸਿਖਲਾਈ ਦਾ ਪ੍ਰੋਗਰਾਮ ਹੋਵੇ, ਚਾਹੇ ਸ਼ਬਦ ਕੀਰਤਨ ਸਿਖਲਾਈ ਦਾ ਪ੍ਰੋਗਰਾਮ ਹੋਵੇ, ਮਤਲਬ ਇਹ ਹੈ ਕਿ ਹਰ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਬੱਚਿਆਂ ਨੂੰ ਪ੍ਰੇਰ ਕੇ ਗੁਰਮਤ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ, ਤਾਂ ਜੋ ਵੱਧ ਤੋਂ ਵੱਧ ਬੱਚੇ ਸਾਡੇ ਇਸ ਘੋਰ ਕਲਯੁੱਗ ਦੀ ਹਨੇਰੀ ਦੇ ਵਿੱਚ ਜੋ ਲੱਚਰਤਾ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਤੋਂ ਸਾਡੇ ਬੱਚੇ ਬਚ ਜਾਣ। ਉਹ ਇੱਕ ਬਹੁਤ ਹੀ ਜਿਸ ਤਰ੍ਹਾਂ ਕਹਿ ਲਿਆ ਜਾਵੇ ਕਿ ਇੱਕ ਕੌਮ ਦੇ ਲਈ, ਇੱਕ ਪਿੰਡ ਦੇ ਲਈ ਇੱਕ ਦਰਦ ਰੱਖਦੇ ਆ। ਹੋਰ ਵੀ ਜਿਸ ਤਰ੍ਹਾਂ ਉਹਨਾਂ ਦੇ ਕਾਰਜ ਹਨ ਕਿ ਜਿਵੇਂ ਗਰੀਬ ਬੱਚਿਆਂ ਦੇ ਵਿਆਹ ਕਰਵਾਉਣੇ, ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ, ਲੋੜਵੰਦ ਗਰੀਬ ਬੱਚੇ ਦੀ ਡਾਕਟਰੀ ਮਾਇਕ ਮਦਦ ਕਰਨੀ, ਜਾਂ ਹੋਰ ਕਿਸੇ ਗਰੀਬ ਵਿਧਵਾ ਦੇ ਨੂੰ ਰਾਸ਼ਨ ਪਾਣੀ ਦੇਣ ਦਾ ਪ੍ਰਬੰਧ ਕਰਨਾ, ਇਹ ਵੀ ਇੱਕ ਬਹੁਤ ਬੜੀ ਉਹਨਾਂ ਦੀ ਪ੍ਰਾਪਤੀ ਹੈ। ਬਾਕੀ ਜੇ ਸੋਸ਼ਲ ਵਰਕਰ ਤਾਂ ਉਹ ਹੈ ਹੀ ਹਨ, ਪਰ ਸੋਸ਼ਲ ਵਰਕਰ ਦੇ ਨਾਲ ਮੈਂ ਤਾਂ ਇਹ ਸਮਝਦਾ ਕਿ ਉਹ ਸੋਸ਼ਲ ਰਿਫੋਰਮਰ ਵੀ ਹਨ। ਜੋ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਆ ਗਈਆਂ ਹਨ, ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਦੇ ਲਈ ਗਾਹੇ ਬਗਾਹੇ ਆਪਣੇ ਮੰਚ ਦੇ ਉੱਤੋਂ ਜੋ ਵੀ ਸਾਨੂੰ ਪਲੇਟਫਾਰਮ ਮਿਲਦਾ ਹੈ ਉਸ ਦੇ ਉੱਤੋਂ ਜੋ ਭਾਅ ਜੀ ਮੈਸੇਜ ਦਿੰਦੇ ਹਨ, ਉਹਨਾਂ ਕੁਰੀਤੀਆਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ। ਇਹ ਵੀ ਇੱਕ ਚੜ੍ਹਦੀ ਕਲਾ ਵਾਲਾ ਇਨਸਾਨ ਹੀ ਕਰ ਸਕਦਾ ਹੈ, ਇਹ ਕਿਸੇ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਸੋ ਜਿੱਥੋਂ ਤੱਕ ਮੇਰੀ ਉਹਨਾਂ ਦੇ ਨਾਲ ਸਾਂਝ ਦਾ ਸਵਾਲ ਹੈ, ਅਤੇ ਜਿਸ ਤਰ੍ਹਾਂ ਮੈਨੂੰ ਉਂਗਲੀ ਤੋਂ ਫੜ ਕੇ ਉਹਨਾਂ ਨੇ ਗੁਰਮਤ ਦੇ ਸਿਧਾਂਤ 'ਤੇ ਲੀਹੋ ਲੀਹ ਪਾਇਆ, ਅਤੇ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈ। ਮੇਰੇ ਲਈ ਤਾਂ ਉਹ ਇੱਕ ਫਰੈਂਡ, ਫਿਲੋਸਫਰ ਅਤੇ ਗਾਈਡ ਦੋਨੋਂ ਹਨ। ਔਰ ਸਭ ਤੋਂ ਵੱਡਾ ਉਹਨਾਂ ਦਾ ਗੁਣ ਇਹ ਹੈ ਕਿ ਉਹ ਹਰ ਇੱਕ ਬੰਦੇ ਦੀ ਜਿਹੜੀ ਕੁਆਲਿਟੀ ਆ ਨਾ, ਉਸ ਕੁਆਲਿਟੀ ਨੂੰ ਟੈਲੈਂਟ ਲੱਭ ਕੇ ਉਹਨੂੰ ਟੈਲੈਂਟ ਨੂੰ ਨਿਖਾਰਦੇ ਆ, ਚਾਹੇ ਉਹ ਕਿਸੇ ਵੀ ਤਰੀਕੇ ਦਾ ਕੰਮ ਹੋਵੇ। ਜਿਸ ਤਰ੍ਹਾਂ ਸਾਡੀ ਕਮੇਟੀ ਮੈਂਬਰਾਂ ਦੇ ਵਿੱਚ ਜਦੋਂ ਸਾਡੀ ਉਹ ਮੀਟਿੰਗ ਹੁੰਦੀ ਆ, ਉਹਦੇ ਵਿੱਚ ਸਾਡੀ ਜਦੋਂ ਅਗਵਾਈ ਕਰਦੇ ਆ, ਹਰ ਇੱਕ ਬੰਦੇ ਦੇ ਲਈ ਉਹਨਾਂ ਦੇ ਦਿਮਾਗ ਦੇ ਵਿੱਚ ਕੰਮ ਹੁੰਦਾ ਕਿ ਇਹ ਬੰਦਾ ਕਿਹੜਾ ਕੰਮ ਕਰਨ ਦੇ ਕੈਪੇਬਲ ਹੈ, ਇਸ ਤੋਂ ਕਿਹੜਾ ਕੰਮ ਲਿਆ ਜਾ ਸਕਦਾ ਹੈ। ਔਰ ਹਰ ਕੰਮ ਨੂੰ ਉਹ ਚੰਗੀ ਤਰ੍ਹਾਂ ਭਾਪ ਲੈਂਦੇ ਆ, ਜੇ ਉਸ ਕੰਮ ਵਿੱਚ ਉਣਤਾਈ ਹੈ ਉਹ ਵੀ ਦੱਸ ਦਿੰਦੇ ਆ। ਅਤੇ ਮੈਂ ਤਾਂ ਇਹ ਕਹਿੰਦਾ ਕਿ ਜੇ ਉਹਨਾਂ ਦਾ ਇੱਕ ਪੱਖ ਨਹੀਂ ਹੈ, ਉਹ ਬਹੁ ਪੱਖੀ ਸ਼ਖਸੀਅਤ ਕਿਹਾ ਜਾ ਸਕਦਾ। ਅਤੇ ਜਿਸ ਤਰ੍ਹਾਂ ਸਮਾਜ ਭਲਾਈ ਦੇ ਵਿੱਚ ਲੋਕ ਭਲਾਈ ਦੇ ਕੰਮ ਉਹਨਾਂ ਨੇ ਕੀਤੇ ਆ, ਸਿਵਲ ਹਸਪਤਾਲ ਵਿੱਚ ਚਾਹੇ ਬੂਟੇ ਲਵਾਏ ਹੋਣ, ਚਾਹੇ ਹੋਰ ਕੋਈ ਧਾਰਮਿਕ ਕੰਮ ਹੋਵੇ, ਚਾਹੇ ਹੋਰ ਕੋਈ ਧਾਰਮਿਕ ਕੰਮ ਤੋਂ ਬਿਨਾਂ ਹੋਰ ਵੀ ਕੋਈ ਕੰਮ ਕਿਸੇ ਦੀ ਮਦਦ ਕੀਤੀ ਹੋਵੇ, ਉਹ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਵੀ ਉਹਨਾਂ ਨੂੰ ਇਹ ਯੋਗ ਸਮਝਿਆ, ਯੋਗ ਸਮਝਣਾ ਵੀ ਚਾਹੀਦਾ ਹੈ। ਜੇ ਕੋਈ ਚੰਗਾ ਕੰਮ ਕਰਦਾ ਉਸਦੀ ਸ਼ਲਾਘਾ ਵੀ ਕਰਨੀ ਬਣਦੀ ਹੈ। 26 ਜਨਵਰੀ 2018 ਨੂੰ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਮਾਣਯੋਗ DC ਸਾਹਿਬ ਵੱਲੋਂ ਉਹਨਾਂ ਨੂੰ ਉਚੇਚੇ ਤੌਰ 'ਤੇ ਬੁਲਾ ਕੇ ਸਨਮਾਨਿਤ ਵੀ ਕੀਤਾ ਗਿਆ, ਜੋ ਸਾਡੇ ਪਿੰਡ ਲਈ ਨਹੀਂ, ਸਾਡੇ ਗੁਰਦੁਆਰਾ ਸਾਹਿਬ ਲਈ ਨਹੀਂ, ਪੂਰੇ ਇਲਾਕੇ ਲਈ ਇੱਕ ਮਾਣ ਵਾਲੀ ਗੱਲ ਹੈ। ਅਤੇ ਇਹੋ ਜਿਹੇ ਕਾਰਜ ਕਰਨੇ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦੇ। ਸੋ ਮੈਂ ਉਹਨਾਂ ਦਾ ਸਾਰਾ ਸਿਹਰਾ ਉਹਨਾਂ ਦੇ ਮਾਤਾ ਪਿਤਾ, ਉਹਨਾਂ ਦੀ ਧਰਮ ਪਤਨੀ ਨੂੰ ਵੀ ਦਿੰਦਾ ਹਾਂ, ਕਿਉਂਕਿ ਘਰ ਦੀਆਂ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢਣਾ ਬਹੁਤ ਹੀ ਅੱਜ ਦੇ ਸਮੇਂ ਵਿੱਚ ਔਖਾ ਹੈ। ਉਹ ਇੱਕ ਉਹੀ ਇਨਸਾਨ ਕਰਦਾ ਹੈ ਜੋ ਇੱਕ ਆਪਣੇ ਨਗਰ ਦੇ ਲਈ, ਆਪਣੇ ਪੰਥ ਦੇ ਲਈ, ਆਪਣੀ ਕੌਮ ਦੇ ਲਈ ਇੱਕ ਦਰਦ ਰੱਖਦਾ ਹੋਵੇ। ਸੋ ਅੰਤ ਦੇ ਵਿੱਚ ਮੇਰੇ ਕੋਲ ਬਹੁਤੇ ਸ਼ਬਦ ਤਾਂ ਨਹੀਂ ਹਨ ਉਹਨਾਂ ਬਾਰੇ ਬੋਲਣ ਜੋਗੇ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੇ, ਉਹਨਾਂ ਦੀ ਤੰਦਰੁਸਤੀ ਬਖਸ਼ੇ, ਸਿਹਤ ਉਹਨਾਂ ਦੀ ਠੀਕ ਰੱਖੇ, ਤਾਂ ਜੋ ਸਾਡੀ ਇਸ ਤਰ੍ਹਾਂ ਸਾਨੂੰ ਅਗਵਾਈ ਕਰਦੇ ਰਹਿਣ, ਸਾਡੇ ਅਤੇ ਮੇਰੇ ਚਾਂਦਰ ਮੁਨਾਰੇ ਬਣੇ ਰਹਿਣ, ਪਿੰਡ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੇ ਰਹਿਣ, ਕਿਸੇ ਤਰੀਕੇ ਦੇ ਨਾਲ ਉਹ ਸਾਡੇ ਗੁਰਦੁਆਰਾ ਸਾਹਿਬ ਦੀ ਨਗਰ ਦੀ ਸੇਵਾ ਕਰਦੇ ਰਹਿਣ। ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਖਿਮਾ ਦੇ ਚੱਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਜੀਤ ਸਿੰਘ, ਜੋ ਕਿ ਗੁਰਦੁਆਰਾ ਸਿੰਘ ਸਭਾ ਗੋੜਾਂ ਵਾਲਾ ਵਿਖੇ ਪਿਛਲੇ 5 ਸਾਲਾਂ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦਾ ਸਦਕਾ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹਾਂ।
ਅੱਜ ਅਸੀਂ ਆਪ ਜੀਆਂ ਨੂੰ ਗੁਰੂ ਘਰ ਵਿਖੇ ਸਰਦਾਰ ਗੁਰਮੁਖ ਸਿੰਘ ਜਿਨ੍ਹਾਂ ਦਾ ਨਗਰ ਲੰਗੜੋਆ ਹੈ ਉਹ ਗੁਰੂ ਘਰ ਵਿਖੇ ਸੈਕਟਰੀ ਦੀ ਸੇਵਾ ਗੁਰੂ ਘਰ ਵਿਖੇ ਸਮੁੱਚੇ ਪ੍ਰਬੰਧ ਦੀ ਜੋ ਸੇਵਾ ਚਲਾ ਰਹੇ ਹਨ ਉਹਨਾਂ ਦੇ ਬਾਰੇ ਆਪ ਜੀਆਂ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਗੁਰੂ ਘਰ ਪ੍ਰਤੀ ਜੋ ਸੇਵਾ ਹੈ ਜੋ ਭਾਵਨਾ ਹੈ ਉਸ ਬਾਰੇ ਥੋੜ੍ਹੀ ਜਿਹੀ ਆਪ ਜੀਆਂ ਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਸਰਦਾਰ ਗੁਰਮੁਖ ਸਿੰਘ ਜੀ ਗੁਰੂ ਘਰ ਦੇ ਅਨੰਨ ਸੇਵਾਦਾਰ ਹਨ ਜੋ ਕਿ ਗੁਰੂ ਘਰ ਦਾ ਹਰੇਕ ਕਾਰਜ ਹਰੇਕ ਸੇਵਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਹਨ ਸੰਗਤ ਨੂੰ ਨਾਲ ਜੋੜ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਨੌਜਵਾਨਾਂ ਨੂੰ ਗੁਰੂ ਘਰ ਦੇ ਨਾਲ ਜੋੜ ਰਹੇ ਹਨ ਗੁਰਬਾਣੀ ਦਾ ਵੀ ਉਹਨਾਂ ਨੂੰ ਡੂੰਘਾ ਗਿਆਨ ਹੈ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਗੁਰਮਤਿ ਕਲਾਸਾਂ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੇ ਕੀਰਤਨ ਇਸ ਤਰ੍ਹਾਂ ਦੇ ਅਨੇਕਾਂ ਹੀ ਜੋ ਕੰਮ ਹਨ ਗੁਰੂ ਘਰ ਵਿਖੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸਰਦਾਰ ਗੁਰਮੁਖ ਸਿੰਘ ਦੇ ਸੰਯੋਗ ਦਾ ਸਦਕਾ ਚੱਲ ਰਹੇ ਹਨ ਸਰਦਾਰ ਗੁਰਮੁਖ ਸਿੰਘ ਜੀ ਆਪਣੇ ਦਸਾਂ ਲੋਹਾਂ ਦੀ ਕਿਰਤ ਕਰਦਿਆਂ ਹੋਇਆਂ ਗੁਰੂ ਘਰ ਦੇ ਵਿੱਚ ਵੀ ਹਰੇਕ ਤਰ੍ਹਾਂ ਦੀ ਸੇਵਾ ਨੂੰ ਅੱਗੇ ਵੱਧ ਚੜ੍ਹ ਕੇ ਕਰਦੇ ਹਨ ਸਾਰਾ ਹੀ ਨਗਰ ਉਹਨਾਂ ਦੇ ਨਾਲ ਮਿਲ ਜੁਲ ਕੇ ਉਹਨਾਂ ਨੂੰ ਅੱਗੇ ਰੱਖ ਕੇ ਇਹ ਗੁਰੂ ਘਰ ਦੀ ਜੋ ਸੇਵਾ ਹੈ ਉਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਰਿਹਾ ਹੈ ਸੋ ਉਹਨਾਂ ਬਾਰੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਜੀਵਨ ਤੋਂ ਕੁਛ ਨਾ ਕੁਛ ਸੇਧ ਲਈ ਜਾਵੇ ਜੋ ਸਾਡੇ ਵਾਸਤੇ ਬੜੀ ਹੀ ਲਾਹੇਵੰਦ ਹੈ ਪਰ ਮੈਂ ਇੱਥੇ ਇੱਕ ਗੱਲ ਹੋਰ ਕਹੇ ਬਿਨਾਂ ਵੀ ਨਹੀਂ ਰਹਿ ਸਕਦਾ ਕਿ ਜਿਹੜਾ ਇਹ ਇਨਸਾਨ ਹੈ ਇਸਦੇ ਆਪਣੇ ਘਰ ਕੋਈ ਸੰਤਾਨ ਨਹੀਂ ਪਰ ਇਸਨੇ ਕਦੇ ਵੀ ਉਸ ਅਕਾਲ ਪੁਰਖ ਦੇ ਨਾਲ ਇਸਦਾ ਗਿਲਾ ਨਹੀਂ ਕੀਤਾ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਬੀਬੀ ਕੁਲਦੀਪ ਕੌਰ ਜੀ ਹਨ ਉਹਨਾਂ ਨੇ ਵੀ ਕਦੇ ਵੀ ਇਸ ਚੀਜ਼ ਦਾ ਵਿਤਕਰਾ ਨਹੀਂ ਕੀਤਾ ਜਿਤਨੇ ਪਿੰਡ ਦੇ ਬੱਚੇ ਹਨ ਜੇਕਰ ਉਹਨਾਂ ਦੇ ਘਰ ਪਹੁੰਚ ਜਾਣ ਤਾਂ ਉਹਨਾਂ ਨੂੰ ਇਤਨਾ ਚਾਅ ਚੜ ਜਾਂਦਾ ਹੈ ਉਹ ਵੱਖ ਵੱਖ ਪ੍ਰਕਾਰ ਦੇ ਭੋਜਨ ਜਾਂ ਹੋਰ ਚੀਜ਼ਾਂ ਉਹਨਾਂ ਦੇ ਸਨਮੁਖ ਰੱਖਦੇ ਹਨ ਭੇਟਾ ਕਰਦੇ ਹਨ ਸੇਵਾ ਕਰਦੇ ਹਨ ਅਸੀਂ ਅੰਤ ਵਿੱਚ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਣਾਂ ਵਿੱਚ ਇਹ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਉੱਚਾ ਸੁਚੱਜਾ ਜੀਵਨ ਹਮੇਸ਼ਾ ਬਖਸ਼ਿਸ਼ ਕਰਨ ਤੇ ਸਮਾਜ ਦੇ ਲਈ ਇਹ ਇਸੇ ਤਰ੍ਹਾਂ ਲੋਕ ਭਲਾਈ ਦੇ ਕੰਮ ਕਰਦੇ ਰਹਿਣ अब चल तू ही तू साथ मेरी पाती तू दाना तू अब चल तू ही साथ मेरी करते डोले नाही ता हम कैसी ताती एक एक तू ही एक एक तू राया
ਗਾਏ।